ਗੁੱਡ ਈਵਨਿੰਗ ਸਸ਼ਿਕਾ ਸਟੂਡੈਂਟਸ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਸਟੂਡੈਂਟਸ ਦਾ ਐਰਿਡਿਸ਼ਨ ਸਟੱਡੀਜ਼ ਦੇ ਅਫੀਸ਼ੀਅਲ ਚੈਨਲ ਤੇ ਜਿੱਥੇ ਅਸੀਂ ਕਰ ਰਹੇ ਹਾਂ ਜੀ ਮਾਸਟਰ ਕੇਡਰ ਪੰਜਾਬੀ ਐਂਡ UGC ਦੀ ਤਿਆਰੀ ਔਰ ਉਸ ਦੇ ਨਾਲ-ਨਾਲ ਜਿਹੜੀਆਂ ਤੁਹਾਡੀ ਹੁਨੇ-ਹੁਨੇ ਈਟੀਟੀ ਦੀਆਂ ਵੈਕੈਂਸੀਜ਼ ਅਨਾਉਂਸ ਹੋਈਆਂ ਉਹਨਾਂ ਦੇ ਲਈ ਵੀ ਇਹ ਵਾਲਾ ਸੈਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਨਾਲ ਦੇ ਨਾਲ ਤੁਸੀਂ ਪੀਟੈਡ ਦੀ ਤਿਆਰੀ ਕਰ ਰਹੇ ਹੋ ਸੀਟੈਡ ਦੀ ਤਿਆਰੀ ਕਰ ਰਹੇ ਹੋ ਜਾਂ ਫਿਰ ਪੰਜਾਬ ਦੇ ਕਿਸੇ ਵੀ ਸਟੇਟ ਐਗਜ਼ਾਮ ਦੀ ਤਿਆਰੀ ਕਰਦੇ ਪਏ ਹੋ ਹਰ ਇੱਕ ਐਗਜ਼ਾਮ ਦੇ ਲਈ ਦਿਸ ਸੈਸ਼ਨ ਇਜ਼ ਵੈਰੀ 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 ਮੱਚ ਇੰਪੋਰਟੈਂਟ ਓਕੇ ਤਾਂ ਇਸ ਲਈ ਟਰਾਈ ਕਰੋ ਕਿ ਤੁਸੀਂ ਬਹੁਤ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਇਹ ਸਾਰੇ ਦੇ ਸਾਰੇ ਸੈਸ਼ਨਸ ਲਗਾਉਣੇ ਆ ਓਕੇ ਤੁਹਾਨੂੰ ਪਤਾ ਹੈ ਕਿ ਜਲਦੀ ਹੀ ਮਾਸਟਰ ਕੇਡਰ ਦੀ ਵੈਕੈਂਸੀਜ਼ ਆਉਣਗੀਆਂ UGC ਐਂਡ ਬਾਕੀ ਵੀ ਹਨਾ ਜਿਹੜਾ ਤੁਸੀਂ ਕੁਝ ਤੁਹਾਡੇ ਵਿੱਚ ਅਜਿਹੇ ਦੇ ਸਟੂਡੈਂਟਸ ਐ ਜਿਹੜੇ ਰਾਜਸਥਾਨ ਦੀ ਤਿਆਰੀ ਕਰ ਰਹੇ ਆ ਜਾਂ ਫਿਰ ਹਰਿਆਣਾ ਦੇ ਪੇਪਰਾਂ ਦੀ ਤਿਆਰੀ ਕਰਦੇ ਪਿਆ ਟੀਚਿੰਗ ਐਗਜ਼ਾਮ ਸਪੈਸ਼ਲੀ ਤਾਂ ਨਾ ਸਾਰਿਆਂ ਦੇ ਵਿੱਚ ਆਲਮੋਸਟ ਸਿਲੇਬਸ ਸੇਮ ਹੁੰਦਾ ਆ ਤਾਂ ਇਸ ਲਈ ਥਿਸ ਸੈਸ਼ਨ ਵਿਲ ਬੀ ਇੰਪੋਰਟੈਂਟ ਫॉर एवरी ਐਗਜ਼ਾਮ ਆਲਰਾਈਟ ਉਸ ਤੋਂ ਬਾਅਦ ਜਿਹੜੇ ਸਟੂਡੈਂਟਸ ਪਹਿਲੀ ਵਾਰੀ ਸੈਸ਼ਨ ਦੇਖ ਰਹੇ ਆ ਉਹਨਾਂ ਨੂੰ ਦੱਸਦੇ ਆ ਕਿ ਸਾਡਾ ਇਹ ਵਾਲਾ ਸੈਸ਼ਨ ਡੇਲੀ ਹੀ ਹੁੰਦਾ ਹੈ 8 ਵਜੇ ਓਕੇ 8 ਵਜੇ ਲਾਈਵ ਕਲਾਸ ਹੁੰਦੀ ਹੈ ਤਾਂ ਤੁਸੀਂ ਇਹਨੂੰ ਡੇਲੀ ਜੁਆਇਨ ਕਰ ਸਕਦੇ ਹੋ ਅਗਰ ਕਿਸੇ ਬੱਚੇ ਨੇ ਪੇਡ ਬੈਚ ਲੈਣਾ ਹੋਏ ਜਿਸ ਦੇ ਵੀ ਤੁਹਾਨੂੰ ਥਿਓਰੀ ਦੀਆਂ ਕਲਾਸਿਸ ਮਿਲਦੀਆਂ ਲਾਈਵ ਵੀ ਰਿਕਾਰਡਡ ਵੀ ਇੱਕ ਸਾਲ ਦੇ ਲਈ ਤੁਹਾਨੂੰ ਕਲਾਸਿਸ ਮਿਲਣਗੀਆਂ ਜਾਂ ਫਿਰ ਜਦੋਂ ਤੱਕ ਤੁਹਾਡਾ ਪੇਪਰ ਨਹੀਂ ਹੁੰਦਾ ਓਕੇ ਉਹਦੇ ਵਿੱਚ ਤੁਸੀਂ ਲੈਕਚਰਰ ਕੇਡਰ ਦੀ ਵੀ ਲੈ ਸਕਦੇ ਹੋ ਅਗਰ ਤੁਸੀਂ ਕਲਾਸਿਸ ਲੈਣਾ ਚਾਹੋ ਲੈਕਚਰਰ ਦੇ ਲਈ 7500 ਫੀਸ ਹੈ ਔਰ ਜਿਹੜੀ ਮਾਸਟਰ ਕੇਡਰ ਹੈ ਉਹਦੇ ਲਈ 5000 ਇਜ਼ ਦਾ ਫੀਸ ਓਕੇ ਇੱਕ ਵਾਰੀ ਫੀਸ ਦੇਣੀ ਹੈ 올 ਰਾਈਟ ਚਲੋ ਫਿਰ ਸ਼ੁਰੂ ਕਰਦੇ ਹਾਂ ਇਹ ਲੈਫਟ ਸਾਈਡ ਦੇ ਉੱਪਰ ਤੁਹਾਨੂੰ ਇੱਕ ਕੰਟੈਕਟ ਨੰਬਰ ਦਿੱਤਾ ਹੋਇਆ ਹੈ ਇਸ ਨੰਬਰ ਦੇ ਉੱਪਰ ਤੁਸੀਂ ਕੰਟੈਕਟ ਕਰਕੇ ਲੈ ਸਕਦੇ ਹੋ ਸੈਸ਼ਨ ਨੂੰ ਔਰ ਉਹਦੇ ਵਿੱਚ ਇੱਕ ਵੀ ਟਾਪਿਕ ਦੇਖੋ ਪਲੀਜ਼ ਮਾਰਕ ਮਾਈ ਵਰਡਸ ਇੱਕ ਵੀ ਟਾਪਿਕ ਐਦਾਂ ਦਾ ਨਹੀਂ ਹੈ ਜਿਹੜਾ ਕਿ ਤੁਹਾਨੂੰ ਨਹੀਂ ਕਰਵਾਇਆ ਜਾਏਗਾ ਪਲੀਜ਼ ਇਹ ਯਾਦ ਰੱਖਣਾ ਮਾਸਟਰ ਕੈਟਰ ਦੇ ਸਿਲੇਬਸ ਦੇ ਵਿੱਚ ਜੋ ਵੀ ਹੈ ਉਹਦੇ ਨਾਲੋਂ ਐਕਸਟਰਾ ਕਲਾਸਿਸ ਹੀ ਤੁਹਾਨੂੰ ਮਿਲਣਗੀਆਂ ਘੱਟ ਨਹੀਂ ਮਿਲਣਗੀਆਂ ਓਕੇ ਹੂੰ ਹੂੰ ਅ ਬਿਸ਼ਨੋਈ ਜੀ ਹਾਂਜੀ ਤੁਸੀਂ ਉਹਦੇ ਵਿੱਚ ਬਿਲਕੁਲ ਰਿਵੀਜ਼ਨ ਕਰ ਸਕਦੇ ਹੋ ਕਈ ਸਟੂਡੈਂਟਸ ਐਦਾਂ ਦੇ ਹੈਗੇ ਆ ਤੁਸੀਂ ਮੇਰੇ ਪ੍ਰੀਵੀਅਸ ਸੈਸ਼ਨਸ ਦੇਖਣਾ ਉਹਨਾਂ ਦੇ ਨੀਚੇ ਕਮੈਂਟਸ ਆਏ ਹੋਏ ਆ ਕਈਆਂ ਨੇ ਸਿਰਫ ਔਰ ਸਿਰਫ ਨਾ ਮੈਰਾਥਨ ਲਗਾਈ ਸੀ ਕਿਉਂਕਿ ਬਿਲਕੁਲ ਲਾਸਟ ਤੇ ਸੀਗੇ ਰਾਈਟ ਉਹਨਾਂ ਦੇ ਵੀ 130 ਤੋਂ ਉੱਪਰ ਮਾਰਕਸ ਆ ਗਏ ਆ ਐਨਾ ਪੇਪਰ ਮਤਲਬ ਉਹਨਾਂ ਨੇ ਉਹਦੇ ਵਿੱਚੋਂ ਕਰ ਲਿਆ ਓਕੇ ਡੈਫੀਨਿਟਲੀ ਅਗਰ ਤੁਸੀਂ ਲਾਈਕ ਰਿਵੀਜ਼ਨ ਕਰਨਾ ਚਾਹੁੰਦੇ ਹੋ ਕਿਸੇ ਪੇਪਰ ਦੇ ਲਈ ਤਾਂ ਉਸ ਤੋਂ ਬੈਟਰ ਆਈ ਡੋਨਟ ਥਿੰਕ ਕਿ ਕੋਈ ਕਲਾਸ ਹੋ ਸਕਦੀ ਹੈ बिकॉज़ ਉਹ 10 ਘੰਟੇ ਦੀ ਕਲਾਸ ਸੀਗੀ ਓਕੇ ਇੱਕ 10 ਘੰਟੇ ਦੀ ਕਲਾਸ ਲੱਗੀ ਸੀ ਇੱਕ 4.5 ਜਾਂ 5 ਘੰਟੇ ਦੀ ਕਲਾਸ ਸੀ ਉਹ ਦੋਨੋਂ ਕਲਾਸਿਸ ਦੇਖ ਲੈਣਾ ਆਪਣੇ ਪੇਪਰ ਤੋਂ 2-4 ਦਿਨ ਪਹਿਲਾਂ ਓਕੇ ਤਾਂ ਸ਼ੁਰੂ ਕਰਦੇ ਹਾਂ ਫਿਰ ਅੱਜ ਦੇ ਸੈਸ਼ਨ ਨੂੰ ਜਿਸ ਦੇ ਵਿੱਚ ਅਸੀਂ ਨੰਦ ਲਾਲ ਨੂਰਪੁਰੀ ਜੀ ਨੂੰ ਪੜਾਂਗੇ ਕੱਲੇ ਐਮਸੀਕਿਊ ਵਾਲੇ ਰੱਟੇ ਨਹੀਂ ਮਾਰਨੇ ਓਕੇ ਨਾਲ ਦੇ ਨਾਲ ਅਸੀਂ ਕਰਾਂਗੇ ਐਕਸਟਰਾ ਫੈਕਟਸ ਨੂੰ ਵੀ ਕੁਝ ਗੱਲਾਂ ਬਾਤਾਂ ਕਰਾਂਗੇ ਜਿਦੇ ਨਾਲ ਤੁਹਾਨੂੰ ਯਾਦ ਆਰਾਮ ਨਾਲ ਹੋ ਜਾਣੇ ਆ ਓਕੇ ਨਾ ਚਲੋ ਓਕੇ ਆਸ਼ਾ ਜੀ ਤੁਸੀਂ ਵੀ ਕੱਲੀ ਮੈਰਾਥਨ ਲਗਾਈ ਸੀ 올 ਰਾਈਟ ਤਾਂ ਤੁਸੀਂ ਹੀ ਆਪਣਾ ਐਕਸਪੀਰੀਅੰਸ ਦੱਸ ਦਿਓ ਆਈ ਥਿੰਕ ਉਹ ਜ਼ਿਆਦਾ ਬੈਟਰ ਰਹੇਗਾ ਮੇਰੇ ਬੋਲਣ ਨਾਲੋਂ ਹੈਨਾ ਓਕੇ ਡਨ ਓਕੇ ਅੱਛਾ 28 ਨਵੰਬਰ ਤੋਂ 1 ਡਿਸੰਬਰ ਦੇ ਵਿੱਚ ਵਿੱਚ ਪੇਪਰ ਹੋ ਜਾਣਾ ਹੈ ਠੀਕ ਹੈ ਠੀਕ ਹੈ ਤਾਂ ਤੁਸੀਂ ਨਾ ਉਸ ਪੇਪਰ ਤੋਂ ਪਹਿਲਾਂ ਉਹ ਵਾਲੀ ਕਲਾਸ ਨੂੰ ਜ਼ਰੂਰ 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 ਫਿਨਿਸ਼ ਕਰਨਾ ਹੈ ਓਕੇ ਓਕੇ ਹਰਪ੍ਰੀਤ ਜੀ ਨੇ ਵੀ ਸਿਰਫ ਉਹ ਲਗਾਈ ਸੀ ਤਾਂ ਉਹ ਤੁਹਾਨੂੰ ਦੱਸ ਦੇਣਗੇ ਓਕੇ ਕਿ ਕਿਨੇ ਕਿਨੇ ਉਹਨਾਂ ਦੇ ਮਾਰਕਸ ਆਏ ਐਂਡ ਕੀ ਸੀਗਾ ਰਾਈਟ ਵੈਰੀ ਗੁੱਡ ਤਾਂ ਕਾਫੀ ਸਾਰੇ ਪੁਰਾਣੇ ਸਟੂਡੈਂਟਸ ਮਤਲਬ ਇੱਥੇ ਹੈਗੇ ਨੇ ਤਾਂ ਅੱਜ ਆਪਾਂ ਕਰਾਂਗੇ ਨੰਦ ਲਾਲ ਨੂਰਪੁਰੀ ਜੀ ਔਰ ਉਹਦੇ ਵਿੱਚ ਸਿੱਧਾ ਕੁਐਸਚਨਸ ਕਰਾਂਗੇ ਅੱਜ 15 ਕੁਐਸਚਨ ਦੀ ਜਗ੍ਹਾ ਦੇ ਉੱਪਰ 17 ਕੁਐਸਚਨਸ ਹੈਗੇ ਆ ਠੀਕ ਹੈ ਬਿਕਾਜ਼ ਨੰਦ ਲਾਲ ਨੂਰਪੁਰੀ ਦੀ ਬਹੁਤ ਜ਼ਿਆਦਾ ਲੰਮਾ ਚੌੜਾ ਟਾਪਿਕ ਨਹੀਂ ਹੈ ਥੈਟ ਇਜ਼ ਵਾਈ ਆਪਾਂ 17 ਕੁਐਸਚਨਸ ਦੇ ਵਿੱਚ ਇਹਨਾਂ ਨੂੰ ਕਵਰ ਕਰ ਦੇਣਾ ਆ ਔਰ ਜਿਹੜੇ ਸਟੂਡੈਂਟਸ ਨੇ ਪਿਛਲੇ ਲੈਕਚਰਸ ਨਹੀਂ ਦੇਖੇ ਹੋਏ ਪਲੀਜ਼ ਪਲੇਲਿਸਟ ਦੇ ਵਿੱਚ ਚਲੇ ਜਾਣਾ ਜਿਹੜੇ ਲੈਕਚਰ ਤੁਹਾਨੂੰ ਮਾਸਟਰ ਕੇਡਰ ਦੀਆਂ ਪੇਪਰ ਤੋਂ ਪਹਿਲਾਂ ਮਿਲੇ ਸੀ ਉਹ ਜ਼ਰੂਰ ਦੇਖ ਲੈਣਾ ਬਹੁਤ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਤੁਹਾਨੂੰ ਉਹਦੇ ਵਿੱਚ ਸਾਰੀਆਂ ਦੀਆਂ ਸਾਰੀਆਂ ਕਲਾਸਿਸ ਦਿੱਤੀਆਂ ਹੋਈਆਂ ਨੇ ਓਕੇ ਔਰ ਇਹ ਵਾਲੇ ਕੁਐਸਚਨਸ ਉਹ ਵਾਲੇ ਕੁਐਸਚਨਸ ਨਾਲੋਂ ਅਲੱਗ ਹੋਣਗੇ ਰਾਈਟ ਚਲੋ ਕਰੀਏ ਸ਼ੁਰੂ ਫੇਰ ਪਹਿਲਾ ਕੁਐਸਚਨ ਹੈ ਨੰਦ ਲਾਲ ਨੂਰਪੁਰੀ ਜੀ ਕਿਸ ਵਜੂ ਜਾਣੇ ਜਾਂਦੇ ਹਨ ਤਾਂ ਪਹਿਲੇ ਦਾ ਤੁਹਾਡਾ ਆਨਸਰ ਆਈ ਜਾਂਦਾ ਆ ਆਧੁਨਿਕ ਪੰਜਾਬੀ ਗੀਤ ਦੇ ਮੋਢੀ ਵੈਰੀ ਗੁੱਡ ਬਿਲਕੁਲ ਸਹੀ ਆਨਸਰ ਹੈ ਬਿਲਕੁਲ ਸਹੀ ਉੱਤਰ ਹੈ ਅੱਛਾ ਇੱਕ ਨਾ ਬੱਚੇ ਬਾਰ-ਬਾਰ ਕਹਿ ਰਹੇ ਕਿ ਪੀਟੈਡ ਦੀ ਤਿਆਰੀ ਕਰਨੀ ਹੈ ਉਹਨਾਂ ਨੇ ਤਾਂ ਉਹਦੇ ਲਈ ਮੈਂ ਕਲਾਸਿਸ ਸਟਾਰਟ ਕਰਾਂ ਤਾਂ ਮੈਂ ਜਲਦੀ ਹੀ ਪਲਾਨ ਕਰੂੰਗੀ ਅਗਰ ਹੋ ਪਾਇਆ ਬਿਕਾਜ਼ ਅੱਜ ਬਹੁਤ ਸਾਰੇ ਕਾਲਸ ਬਹੁਤ ਸਾਰੇ ਮੈਸੇजेस ਆਇਆ ਹੈ ਅਗਰ ਹੋ ਪਾਇਆ ਤਾਂ ਜ਼ਰੂਰ ਅਦਰਵਾਈਜ਼ ਸੌਰੀ ਹਾਂ ਚਲੋ ਹਾਂ 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 ਬਿਲਕੁਲ ਬਿਲਕੁਲ ਲਗਾ ਲੈਣਾ 올 ਰਾਈਟ ਓਕੇ ਠੀਕ ਹੈ ਚਲੋ ਇਹ ਹੈਗੇ ਆ ਆਧੁਨਿਕ ਪੰਜਾਬੀ ਗੀਤ ਦੇ ਮੋਢੀ ਹੁਣ ਆਪਾਂ ਸਿਰਫ ਆਨੇਆ ਲੈਕਚਰ ਦੇ ਉੱਪਰ ਗੱਲਾਂ ਆਪਾਂ ਥੋੜੀ ਦੇਰ ਬਾਤ ਕਰਾਂਗੇ ਓਕੇ ਠੀਕ ਹੈ ਜੀ ਹੁਣ ਇਹਨਾਂ ਦਾ ਜਨਮ ਤਾਂ ਸਾਨੂੰ ਪਤਾ ਹੀ ਹੈ 1906 ਦੇ ਵਿੱਚ ਹੋਇਆ ਪਿੰਡ ਕਿਹੜਾ ਨੂਰਪੁਰੀ ਤੋਂ ਯਾਦ ਰੱਖ ਲੈਣਾ ਨੂਰਪੁਰ ਪਿੰਡ ਹੈ ਜ਼ਿਲ੍ਹਾ ਰਹੇਗਾ ਲਾਇਲਪੁਰ ਕਿਉਂਕਿ ਸਾਨੂੰ ਪਤਾ ਹੈ ਸਾਡੇ ਇੱਥੇ ਨਹੀਂ ਹੈਗਾ ਇਹ ਔਰ ਲਾਇਲਪੁਰ ਕਿੱਥੇ ਹੈ ਆਬਵੀਅਸਲੀ ਪਾਕਿਸਤਾਨ ਦੇ ਵਿੱਚ ਹੈ ਓਕੇ ਤਾਂ ਇਹ ਹੋ ਜੂਗਾ ਨਹੀਂ ਨਹੀਂ ਗੁਰਮੀਤ ਜੀ ਆ ਦੇਖੋ ਮੈਰਾਥਨ ਅਲੱਗ ਲੱਗੀ ਹੋਈ ਐ ਉਹਦੇ ਤੋਂ ਬਿਨਾ ਮਾਸਟਰ ਕੇਡਰ ਦੀਆਂ ਆਪਾਂ ਪੂਰਾ ਦਾ ਪੂਰਾ ਸਿਲੇਬਸ ਵੀ ਕਵਰ ਕੀਤਾ ਸੀਗਾ ਇੱਕ ਇੱਕ ਸਾਹਿਤਕਾਰ ਨੂੰ ਪ੍ਰੋਪਰ ਤਰੀਕੇ ਦੇ ਨਾਲ ਕੀਤਾ ਸੀ ਉਹ ਵੀ ਦੇਖ ਲੈਣਾ ਵੈਰੀ ਇੰਪੋਰਟੈਂਟ ਲੈਕਚਰਸ ਦੇ ਆ ਓਕੇ ਦੋਜ਼ ਆ ਓਕੇ ਤਾਂ ਇਹ ਹੋ ਗਿਆ ਜੀ ਨੂਰਪੁਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਤੇ ਬਸ ਕੁਝ ਖਾਸ ਇਹਨਾਂ ਨੇ ਪੜ੍ਹਾਈ ਨਹੀਂ ਕੀਤੀ ਹੈਗੀ ਵਿੱਚ ਹੀ ਛੱਡ ਕੇ ਕਵੀ ਦਰਬਾਰਾ ਵਗੈਰਾ ਵਾਲੀ ਸਾਈਡ ਚਲੇ ਗਏ ਸੀ ਕਿਉਂਕਿ ਅਸੀਂ ਜਾਣਦੇ ਹਾਂ ਕਿ ਜ਼ਿਆਦਾਤਰ ਜਦੋਂ ਅਸੀਂ ਸਾਹਿਤਕਾਰ ਬਣਦੇ ਹਾਂ ਤਾਂ ਇਹਨਾਂ ਦਾ ਸਾਹਿਤ ਵੱਲ ਧਿਆਨ ਜ਼ਿਆਦਾ ਤੇ ਪੜ੍ਹਾਈ ਵੱਲ ਘੱਟ ਸੀ ਹੈਨਾ no doubt ਜਿਹੜੇ ਪੜ੍ਹਦੇ ਸੀ ਫਿਰ ਉਹ ਬਿਲਕੁਲ ਹੀ ਸਿਰਾ ਲਾ ਦਿੰਦੇ ਸੀ ਓਕੇ ਯਾਨੀ ਕਿ ਇੰਨੇ ਜ਼ਿਆਦਾ ਇੰਟੈਲੀਜੈਂਟ ਜਾਂ ਫਿਰ ਵਿੱਚ ਛੱਡ ਕੇ ਵੀ ਕੱਲਾ ਸਾਹਿਤ ਕਰਨਾ ਜਿਵੇਂ ਅਸੀਂ ਹੋਰ ਕੁਝ ਨਹੀਂ ਕਰਨਾ ਓਕੇ ਤਾਂ ਨੰਦ ਲਾਲ ਨੂਰਪੁਰੀ ਜੀ ਦੂਸਰੀ ਕੈਟਾਗਰੀ ਵਾਲਿਆਂ ਵਿੱਚੋਂ ਸੀ ਜਿਨ੍ਹਾਂ ਨੂੰ ਹੈਗਾ ਸੀਗਾ ਕਿ ਪਹਿਲਾਂ ਮੈਂ ਅਵੀ ਦਰਬਾਰਾ ਵਿੱਚ ਜਾਣਾ ਹੈ ਬਾਕੀ ਸਭ ਕੰਮ ਬਾਅਦ ਵਿੱਚ ਓਕੇ ਚਲੋ ਅੱਗੇ ਚੱਲੀਏ 올 ਰਾਈਟ ਨੰਦ ਲਾਲ ਨੂਰਪੁਰੀ ਨੇ ਹੇਠਾਂ ਵਿੱਚੋਂ ਕਿਹੜੀ ਨੌਕਰੀ ਕੀਤੀ ਅਧਿਆਪਕ ਥਾਣੇਦਾਰ ਪਾਸ਼ਾ ਵਿਭਾਗ ਜਾਂ ਫਿਰ ਸਾਲੀ ਔਰ ਕੁਐਸਚਨ ਨੂੰ ਧਿਆਨ ਨਾਲ ਪੜ੍ਹ ਕੇ ਆਨਸਰ ਕਰਨਾ ਮੈਂ ਤੁਹਾਨੂੰ ਬਾਰ-ਬਾਰ ਕਹਿੰਨੀ ਆ ਕੁਐਸਚਨ ਨੂੰ ਜਲਦੀ-ਜਲਦੀ ਚ ਨਹੀਂ ਪੜ੍ਹਨਾ ਓਕੇ ਵੈਰੀ ਗੁੱਡ ਵੈਰੀ ਗੁੱਡ ਬਿਲਕੁਲ ਠੀਕ ਹੈ ਇਹ ਸਾਰੇ ਦੇ ਸਾਰੇ ਹੀ ਇਸ ਦਾ ਉੱਤਰ ਹੋਏਗਾ ਠੀਕ ਹੈ ਦੇਖੋ ਪਹਿਲਾਂ ਤਾਂ ਪੜ੍ਹਾਈ ਛੱਡਤੀ ਹੁਣ ਤੁਸੀਂ ਸੋਚੋਗੇ ਕਿ ਮਾਂ ਮਾਂ ਚੰਗੀ ਗੱਲ ਹੈ ਅਸੀਂ ਇੰਨਾ ਪੜ੍ਹੇ ਜੰਨੇ ਸਾਨੂੰ ਨੌਕਰੀ ਮਿਲਦੀ ਨਹੀਂ ਹੈ ਤੇ ਇਹ 10ਵੀਂ ਪਾਸ ਕਰਕੇ ਇੰਨੀਆਂ-ਇੰਨੀਆਂ ਨੌਕਰੀਆਂ ਕਰ ਲੈਂਦੇ ਸੀ ਤੇ ਇਹਨਾਂ ਨੂੰ ਨੌਕਰੀ ਨਹੀਂ ਪਸੰਦ ਆਉਂਦੀ ਸੀ ਇਹ ਛੱਡ ਦਿੰਦੇ ਆ ਹੈਨਾ ਜ਼ਿਆਦਾ ਸਾਹਿਤਕਾਰ ਹੈਨਾ ਬਿਲਕੁਲ ਐਦਾ ਹੀ ਹੁੰਦਾ ਆ ਇਹਨਾਂ ਨੇ ਪਹਿਲਾਂ ਪੜਾਈ ਛੱਡੀ ਓਕੇ ਕਵੀ ਦਰਬਾਰਾ ਵਿੱਚ ਜਾਣ ਲੱਗੇ ਬੜੀਆਂ ਲਹਿਰਾਂ ਚੱਲ ਰਹੀਆਂ ਸੀ ਅਕਾਲੀ ਲਹਿਰ ਵਗੈਰਾ ਉਹਨਾਂ ਦੇ ਵਿੱਚ ਹਿੱਸਾ ਲੈਣਾ ਸਟਾਰਟ ਕਰ ਦਿੱਤਾ ਓਕੇ ਤੇ ਕਾਵ ਦਰਬਾਰਾ ਵਿੱਚ ਹੁਣ ਜਾਂਦੇ ਪਏ ਆ ਉਹਨਾਂ ਦਾ ਇਹਨਾਂ ਤੇ ਬੜਾ ਹਿੱਸਾ ਮਤਲਬ ਕਿ ਸੌਰੀ ਇਹਦੇ ਤੇ ਅਸਰ ਹੋ ਰਿਹਾ ਆ ਫਿਰ ਹੁਣ ਇਹਨਾਂ ਨੇ ਪੜ੍ਹਾਈ ਤਾਂ ਛੱਡਤੀ ਬਾਅਦ ਵਿੱਚ ਸੋਚਦੇ ਪਏ ਕਿ ਇਹ ਤਾਂ ਬੜਾ ਗਲਤ ਕੰਮ ਹੋ ਗਿਆ ਵੀ ਹੁਣ ਮੈਨੂੰ ਗੁਜ਼ਰਬਸਤ ਤਾਂ ਕਰਨਾ ਪਏਗਾ ਘਰ ਤਾਂ ਚਲਾਣਾ ਆ ਤਾਂ ਜੋਬ ਤਾਂ ਕਰਨੀ ਪੈਣੀ ਹੈ ਤਾਂ ਇਹਨਾਂ ਨੇ ਫਿਰ ਕੀ ਕੀਤਾ ਅਧਿਆਪਕ ਦੇ ਤੌਰ ਦੇ ਉੱਪਰ ਜੋਬ ਕਰਨੀ ਸਟਾਰਟ ਕਰਤੀ ਠੀਕ ਹੈ ਫਰੀਦਕੋਟ ਦੇ ਵਿੱਚ ਤੇ ਇਹਨਾਂ ਨੂੰ ਨੌਕਰੀ ਜ਼ਿਆਦਾ ਦਿਨ ਨਹੀਂ ਚੱਲੀ ਤੇ ਬਾਅਦ ਵਿੱਚ ਕੀ ਕਰਦੇ ਆ ਬੀਕਨੇਰ ਦੇ ਵਿੱਚ ਇੱਕ ਥਾਣੇਦਾਰ ਦੇ ਵਜੋਂ ਨਿਯੁਕਤ ਹੋ ਜਾਂਦੇ ਆ ਓਕੇ ਫਿਰ ਇਹ ਵੀ ਨੌਕਰੀ ਜਲਦੀ ਛੱਡ ਦਿੰਦੇ ਨੇ ਮਤਲਬ ਕਿ ਨੌਕਰੀ ਮਿਲਦੀ ਜਾਂਦੀ ਹੈ ਛੱਡਦੇ ਜਾਂਦੇ ਆ ਇਹ ਹੀ ਸਭ ਕੁਝ ਚੱਲਦਾ ਰਹਿੰਦਾ ਆ ਵੈਰੀ ਗੁੱਡ ਬਿਲਕੁਲ ਠੀਕ ਹੈ ਤਾਂ ਫਿਰ ਬਾਅਦ ਦੇ ਵਿੱਚ ਜਾ ਕੇ ਭਾਸ਼ਾ ਵਿਭਾਗ ਦੇ ਵਿੱਚ ਜਾਂਦੇ ਨੇ ਓਕੇ ਤਾਂ ਇਹਨਾਂ ਨੂੰ ਤੁਹਾਡੇ ਤਰ੍ਹਾਂ ਸੀਟੈਟ ਪੀਟੈਟ ਕੁਝ ਨਹੀਂ ਕਲੀਅਰ ਕਰਨਾ ਪੈਂਦਾ ਸੀ ਬਸ ਸਿੱਧੀ ਨੌਕਰੀ ਮਿਲ ਜਾਂਦੀ ਸੀ ਓਕੇ ਚਲੋ ਅੱਗੇ ਚੱਲਦੇ ਆ ਨੈਕਸਟ ਕੁਐਸਚਨ ਨੰਦ ਲਾਲ ਨੂਰਪੁਰੀ ਨੇ ਕਿਸ ਫਿਲਮ ਦੇ ਲਈ ਗੀਤ ਲਿਖੇ ਮੰਗਤੀ ਵਿਲਾਇਤ ਪਾਸ ਖੇਡਣ ਦੇ ਦਿਨ ਚਾਰ ਜਾਂ ਫਿਰ ਇਹ ਸਾਰੇ ਹੀ ਓ ਬਿਲਕੁਲ ਹੁੰਦੀਆਂ ਹਾਂ ਜੀ ਅਮਰਿਤਪਾਲ ਜੀ ਤੁਸੀਂ ਪਲੀਜ਼ ਟੈਲੀਗ੍ਰਾਮ ਨੂੰ ਜੁਆਇਨ ਕਰ ਲੈਣਾ ਜਦੋਂ ਵੀ ਕਦੀ ਕੋਈ ਪ੍ਰੋਬਲਮ ਹੁੰਦੀ ਹੈ ਔਰ ਕਲਾਸ ਨਾ ਹੋਏ ਤਾਂ ਮੈਂ ਟੈਲੀਗ੍ਰਾਮ ਦੇ ਉੱਪਰ ਜ਼ਰੂਰ ਇੱਕ ਵਾਰੀ ਸ਼ੇਅਰ ਕਰਦੀ ਹੁੰਨੀ ਆ ਮੈਸੇਜ ਕਿ ਕਲਾਸ ਨਹੀਂ ਹੈ ਓਕੇ ਰਾਈਟ ਚਲੋ ਜੀ ਆਨਸਰ ਕਰੋ ਤੀਸਰੇ ਦਾ ਏ ਆਨਸਰ ਆਇਆ ਔਰ ਡੀ ਆਨਸਰ ਆਇਆ ਏ ਜ਼ਿਆਦਾ ਆ ਰਿਹਾ ਆ ਠੀਕ ਹੈ ਏ ਜ਼ਿਆਦਾ ਆ ਰਿਹਾ ਡੀ ਵੀ ਆਣ ਲੱਗਿਆ ਜਿਨ੍ਹਾਂ ਨੇ ਆਨਸਰ ਕਰ ਦਿੱਤਾ ਨਾ ਡੀ ਬਿਲਕੁਲ ਠੀਕ ਹੈ ਦੇਖੋ ਬਚਾਏ ਕੁਐਸਚਨ ਪਾਉਣਾ ਮਤਲਬ ਕੀ ਹੈ ਮੈਨੂੰ ਪਤਾ ਹੈ ਮੰਗਤੀ ਤਾਂ ਸਾਰਿਆਂ ਨੇ ਹੀ ਸੁਣਿਆ ਹੋਣਾ ਕਿਉਂਕਿ ਉਹ ਵਾਲੀ ਫਿਲਮ ਦੇ ਗੀਤ ਬਹੁਤ ਜ਼ਿਆਦਾ ਫੇਮਸ ਹੋਏ ਸੀ ਉਹਦੇ ਤੋਂ ਬਾਅਦ ਹੀ ਆਨੰਦ ਲਾਲ ਨੂਰਪੁਰੀ ਨੂੰ ਗੀਤਕਾਰ ਵਜੋਂ ਪਛਾਣ ਮਿਲਣ ਲੱਗੀ ਸੀ ਪੂਰੇ ਪੰਜਾਬ ਚ ਇਹਨਾਂ ਨੂੰ ਜਾਣਨਾ ਸਟਾਰਟ ਕਰਦਾ ਸੀ देयर इज ਬਾਈ ਅਸੀਂ ਸਾਰਿਆਂ ਨੇ ਮੰਗਤੀ ਸੁਣਿਆ ਹੁੰਦਾ ਰਾਈਟ ਬਟ ਉਸ ਦੇ ਨਾਲ ਨਾਲ ਤਿੰਨ ਹੋਰ ਮੂਵੀਜ਼ ਐ ਇੱਕ ਦਾ ਨਾਮ ਮੈਂ ਹਲੇ ਲਿਖਿਆ ਨਹੀਂ ਹੈ ਜਿੰਨੂੰ ਉਹ ਵਾਲਾ ਨਾਮ ਵੀ ਪਤਾ ਹੈ ਉਹ ਇੱਥੇ ਲਿਖੋ ਓਕੇ ਤਾਂ ਫਿਰ ਬਾਕੀ ਦੀਆਂ ਜਿਹੜੀਆਂ ਮੂਵੀਜ਼ ਐ ਨਾ ਉਹ ਵੀ ਜਿਵੇਂ ਕਿ ਉਹਨ ਵਿਲਾਇਤ ਪਾਸ ਹੈ ਵਿਲਾਇਤ ਪਾਸ 1947 ਦੀ ਵੰਡ ਤੋਂ ਬਾਅਦ ਇਹਨਾਂ ਨੇ 1961 ਦੇ ਵਿੱਚ ਗੀਤ ਲਿਖੇ ਸੀਗੇ ਓਕੇ ਤੇ ਉਸ ਤੋਂ ਬਾਅਦ ਗੱਲ ਕਰਦੇ ਆ ਖੇਡਣ ਦੇ ਦਿਨ ਚਾਰ ਇਹਦੇ ਵਿੱਚ ਟੋਟਲ 11 ਗੀਤ ਸੀ ਜਿਦੇ ਵਿੱਚ ਇਹਨਾਂ ਨੇ ਤਿੰਨ ਲਿਖੇ ਓਕੇ ਫਿਰ ਗੀਤ ਬਹਾਰਾਂ ਦੇ ਇਹ 1964 ਦੇ ਵਿੱਚ ਆਂਦੀ ਹੈ ਜਿੰਦੇ ਵਿੱਚ ਟੋਟਲ 7 ਗੀਤ ਸੀ ਪਰ ਇਹਨਾਂ ਨੇ ਉਹਦੇ ਵਿੱਚੋਂ ਦੋ ਗੀਤ ਲਿਖੇ ਗੀਤ ਤਾਂ ਲਿਖਿਆ ਨਾ ਮਤਲਬ ਇਹ ਹੈਗਾ ਵਾ ਕਿ ਗੀਤ ਲਿਖੇ ਆ ਸਮਝ ਗਏ 올 ਰਾਈਟ ਅ ਲੈਕਚਰਰ ਦੇ ਲਈ ਹਲੇ ਬੱਚਾ ਕੋਈ ਡੇਟ ਦਾ ਅਨਾਉਂਸ ਨਹੀਂ ਹੋ ਰਹੀ ਹੈ ਪੋਲੀਟੀ ਵਾਲੇ ਸਟੂਡੈਂਟਸ ਵੀ ਇਹੀ ਪੁੱਛ ਰਹੇ ਸੀਗੇ ਬਟ ਆਈ ਥਿੰਕ ਵੀ ਹੈਵ ਟੂ ਵੇਟ ਸਮ ਮੋਰ ਟਾਈਮ ਪਰ ਤਿਆਰੀ ਆਪਣੀ ਜਾਰੀ ਰੱਖੋ ਪੇਪਰ ਤਾਂ ਹੋਣਾ ਹੀ ਹੈ ਓਕੇ ਫਿਲਹਾਲ ਤਾਂ ਸਰਕਾਰ ਥੋੜੀ ਜੀ ਸੋਲਨ ਚ ਬਿਜ਼ੀ ਹੈ ਆ ਜਾਣੀ ਹੈ ਡੋਨਟ ਵਰੀ ਅਬਾਊਟ 댓 ਚਲੋ ਤਾਂ ਇਹ ਹੋ ਗਿਆ ਗੀਤ ਬਹਾਰਾਂ ਦੇ ਓਕੇ ਅੱਛਾ ਸੌਰੀ ਹਾਂ ਠੀਕ ਹੈ ਠੀਕ ਹੈ ਤਾਂ ਇਹਦੇ ਵਿੱਚੋਂ ਆਪਾਂ ਕਿਹੜੇ-ਕਿਹੜੇ ਕਰ ਲਏ ਮੰਗਤੀ ਹੋ ਗਿਆ ਵਲਾਇਤ ਪਾਸ ਦੇ ਲਈ ਵੀ ਇਹਨਾਂ ਨੇ ਗੀਤ ਲਿਖੇ 1961 ਵਿੱਚ ਖੇਡਣ ਦੇ ਦਿਨ ਚਾਰ ਦੇ ਵੀ ਗੀਤ ਲਿਖੇ ਔਰ ਚੌਥੀ ਜਿਹੜੀ ਮੈਂ ਮੂਵੀ ਬੋਲ ਰਹੀ ਸੀ ਉਹ ਕਿਹੜੀ ਸੀ ਗੀਤ ਬਹਾਰਾਂ ਦੇ ਠੀਕ ਹੈ ਐਂਡ ਦੇ ਦੋ ਵਿੱਚੋਂ ਸੌਰੀ ਸੱਤ ਵਿੱਚੋਂ ਦੋ ਗੀਤ ਇਹਨਾਂ ਨੇ ਲਿਖੇ ਸੀ ਓਕੇ ਜੀ ਹੋ ਗਿਆ 올 ਰਾਈਟ ਅੱਗੇ ਚੱਲਦੇ ਹਾਂ ਨੰਦ ਲਾਲ ਨੂਰਪੁਰੀ ਨੇ ਕਿਸ ਕਿਸੇ ਤੇ ਓਪੈਰਾ ਲਿਖਿਆ ਹੀਰ ਰਾਂਝਾ ਮਿਰਜ਼ਾ ਸਾਹਿਬਾ ਸਸੀ ਪੁੰਨੂ ਜਾਂ ਫਿਰ ਸੋਨੀ ਮਹੀਵਾਲ ਓਪੈਰਾ ਕਿਹਦੇ ਤੇ ਲਿਖਿਆ ਸੀ ਯੈਸ ਪਲੀਜ਼ ਵੈਰੀ ਗੁੱਡ ਨੀਤੂ ਜੀ ਆਜ਼ਾਦ ਜੀ ਬਿਸ਼ਨੋਈ ਜੀ ਵੈਰੀ ਵੈਰੀ ਆਸਮ ਕਰਮ ਜੀ ਬਿਲਕੁਲ ਸਹੀ ਜੀ ਸਾਰੇ ਹੋ ਗਏ ਸੀ ਹਾਂਜੀ ਹਾਂ 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 ਐਬਸੋਲੂਟਲੀ ਰਾਈਟ ਚੌਥੇਲੀ ਆਨਸਰ ਆ ਰਿਹਾ ਹੈ ਬੀ ਯਾਨੀ ਕਿ ਮਿਰਜ਼ਾ ਸਾਹਿਬਾ ਇਹ ਬਿਲਕੁਲ ਸਹੀ ਉੱਤਰ ਹੈ ਉਹ ਪੈਰਾ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਹੈ ਕੀ ਹੁੰਦਾ ਹੈ ਹੈਨਾ ਸਟੇਜ ਦੇ ਉੱਪਰ ਜਿਹੜਾ ਨਾਟਕ ਖੇਡਿਆ ਜਾਂਦਾ ਬਟ ਕਿਹੜਾ ਨਾਟਕ ਜਿਹਦੇ ਵਿੱਚ 뮤직 ਮੇਨ ਪਾਰਟ ਹੁੰਦਾ ਹੈ ਠੀਕ ਹੈ ਜਿੱਦਾਂ ਇੱਕ ਤਾਂ ਹੁੰਦਾ ਡਾਇਲੋਗਸ ਵਾਲੇ ਨਾਟਕ ਇੱਕ ਤੁਸੀਂ ਫੋਰਨ ਦੇ ਨਾਟਕ ਦੇਖਿਓ ਨੇ ਆ ਜਿਆਦਾਤਰ ਫੋਰਨ ਦੇ ਵਿੱਚ ਜਿਹੜਾ ਹੈ ਨਾ ਆਪੈਰਾ ਫੇਮਸ ਹੋਇਆ ਸੀ ਔਰ ਆਪੈਰਾ ਚੱਲਿਆ ਵੀ ਉੱਥੋਂ ਹੀ ਸੀ ਓਕੇ ਤੇ ਉਹਦੇ ਵਿੱਚ ਸਿਰਫ ਜਿਹੜੇ ਐਕਟਰਸ ਹੁੰਦੇ ਆ ਐਕਟਿੰਗ ਕਰਦੇ ਆ ਪਿੱਛੋਂ ਦੀ 뮤직 ਚੱਲ ਰਿਹਾ ਹੁੰਦਾ ਓਕੇ ਤੇ ਮਿਊਜ਼ੀਕਲ ਤੁਸੀਂ ਕਹਿ ਸਕਦੇ ਹੋ ਨਾਟਕ ਜਿਹੜਾ ਹੁੰਦਾ ਉਸ ਨੂੰ ਆਪੈਰਾ ਕਹਿੰਦੇ ਆ ਤੇ ਇਹਨਾਂ ਨੇ ਮਿਰਜ਼ਾ ਸਾਹਿਬਾ ਦਾ ਆਪੈਰਾ ਲਿਖਿਆ ਸੀ ਥਿਸ ਕੁਐਸਚਨ ਇਜ਼ ਵੈਰੀ ਵੈਰੀ ਮੱਚ ਇੰਪੋਰਟੈਂਟ 올 ਰਾਈਟ ਚਲੋ ਅੱਗੇ ਚੱਲੀਏ ਕੁਐਸਚਨ ਨੰਬਰ 5 ਦੇਖੋ ਫਿਰ ਹੇਠਾਂ ਵਿੱਚੋਂ ਨ ਬੜਾ ਜ਼ਿੰਦਗੀ ਦਾ ਮੈਂ ਸਤਾਇਆ ਹੋਇਆ ਹਾਂ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਜਾਂ ਫਿਰ ਸਾਰੇ ਹੀ ਆਨਸਰ ਕਰੋ ਕੁਐਸਚਨ ਨੰਬਰ 5 ਜੀ ਪੰਜਵੇਂ ਪ੍ਰਸ਼ਨ ਦੇ ਲਈ ਕੀ ਆਨਸਰ ਹੋਏਗਾ ਸ਼ਾਬਾਸ਼ 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 ਪੰਜਵੇਂ ਲਈ ਆਨਸਰ ਆ ਰਿਹਾ ਸਾਰੇ ਸਾਰੇ ਓਕੇ ਸਾਰੇ ਸਾਰੇ ਵਾਹ ਮਤਲਬ ਡੀ ਆਨਸਰ ਆ ਰਿਹਾ ਹੈ ओके ਮਤਲਬ ਵਾਲੀ ਥੋੜੀ ਜੀ ਤੁਹਾਡੀ ਕਲਾਸ ਲੱਗਣ ਵਾਲੀ ਹੈ ਹੈਨਾ ਇਹ ਹੈ ਬੜਾ ਜ਼ਿੰਦਗੀ ਦਾ ਮੈਂ ਸਤਾਇਆ ਹੋਇਆ ਹਾਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜਰਾ ਤੁਸੀਂ ਤੁਹਾਡੇ ਘੁੱਟ ਪੈਣ ਵਾਲੀ ਹੈ ਖੁਦ ਸੋਚੋ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਭਈ ਕਿੰਨੂੰ ਨਹੀਂ ਪਤਾ ਜਰਾ ਕਿੰਨੂੰ ਨਹੀਂ ਪਤਾ ਕਿ ਇਹ ਕਿੰਦਾ Song ਹੈ ਦੱਸਣਾ ਪਲੀਜ਼ ਮੈਨੂੰ ਕਿ ਆਹ ਕਿੰਨਾ ਦੀ ਰਚਨਾ ਹੈ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਜੀ ਦੱਸੋ ਆਪਾਂ ਕੀ ਸੋਚਦੇ ਹਾਂ ਆਪਾਂ ਕਹਿੰਦੇ ਆ ਉੱਪਰਲੇ ਅਸੀਂ ਕਾ ਨੂੰ ਪੜੀਏ ਜਦੋਂ ਥੱਲੇ ਸਾਰੇ ਆ ਗਿਆ ਨਾ ਬਸ ਇਹਦਾ ਆਨਸਰ ਸਾਰੀ ਹੋਣਾ ਛੱਡੋ ਪਰੇ অপਸ਼ਨਸ ਨੂੰ ਪੜਨ ਦਾ ਹਾਂ ਉਹ ਸੁਰਜੀਤ ਪਾਤਰ ਜੀ ਦਾ ਫੇਰ ਫੇਰ ਸਾਰੇ ਤਾਂ ਆ ਹੀ ਨਹੀਂ ਸੱਦਾ ਨਾ ਮੈਂ ਤੁਹਾਨੂੰ ਕਿੰਨੀ ਵਾਰੀ ਕਹਾਂ ਮੈਂ ਡਿੱਲੀ ਤੁਹਾਨੂੰ ਕਹਿੰਦੀ ਆ ਕੁਐਸਚਨ ਨੂੰ ਤੁਸੀਂ ਧਿਆਨ ਨਾਲ ਪੜਨਾ ਹੈ ਓਕੇ ਉਸ ਤੋਂ ਬਾਅਦ ਅੱਗੇ ਚੱਲਣਾ ਹੈ ਕੁਐਸਚਨ ਦੇ অপਸ਼ਨਸ ਪੜੇ ਬਿਨਾ ਜਲਦੀ ਜਲਦੀ ਵਿੱਚ ਪਲੀਜ਼ ਗਲਤ ਨਹੀਂ ਕਰਨਾ ਫੇਰ ਤੋਂ ਤੁਸੀਂ ਪੇਪਰ ਦੇ ਵਿੱਚ ਉਹੀ ਗਲਤੀ ਕਰੋਗੇ ਬੱਚਾ ਅਗਰ ਇੱਥੇ ਰਿਪੀਟ ਹੋ ਰਹੀ ਹੈ ਨਾ ਗਲਤੀ ਨਹੀਂ ਕਰਨੀ ਨਹੀਂ ਕਰਨੀ ਓਕੇ ਰਾਈਟ ਤਾਂ ਇਹ ਕੀ ਹੋ ਜਾਏਗਾ ਬੜਾ ਜ਼ਿੰਦਗੀ ਦਾ ਮੈਂ ਸਤਾਇਆ ਹੋਇਆ ਹਾਂ ਕਿ ਤੰਗ ਇਸ ਜ਼ਿੰਦਗੀ ਤੋਂ ਆਇਆ ਹੋਇਆ ਹਾਂ ਰਾਈਟ ਹਾਂ ਇਹੀ ਇਹੀ ਧਿਆਨ ਨਹੀਂ ਲਗਾਉਣਾ ਸਿੱਖਣਾ ਬੱਚਾ ਆਪਾਂ ਓਕੇ ਜੀ ਤਾਂ ਹੁਣ ਤੁਸੀਂ ਦੇਖੋ ਹਾਂ ਹੁਣ ਸਾਰਿਆਂ ਨੂੰ ਪਤਾ ਚੱਲ ਗਿਆ ਨਾ ਕਿ ਕਿਹੜੀ surjit patar ji ਦੀ ਹੈ ਔਰ ਕਿਹੜੀ shiv kumar batali ji ਦੀ ਹੈ ਵੈਰੀ ਗੁੱਡ ਤਾਂ ਇਹਨਾਂ ਦੀ ਤੁਸੀਂ ਆਹ ਵਾਲੀ ਲਾਈਨਸ ਪੜੋ ਨੂੰ ਕੀ ਪਤਾ ਚੱਲ ਰਿਹਾ ਕਿ ਇਹ ਬੰਦਾ ਵੀ ਨਾ ਉਵੇਂ ਦਾ ਹੀ ਆ ਕਿ ਮੈਂ ਮਰਨਾ ਆ ਬਸ ਠੀਕ ਹੈ ਮੈਨੂੰ ਜ਼ਿੰਦਗੀ ਨਹੀਂ ਚਾਹੀਦੀ ਜ਼ਿੰਦਗੀ ਚੰਗੀ ਨਹੀਂ ਹੈਗੀ ਕਿਉਂ ਜੀ ਪੜਾਈ ਛੱਡੀ ਨੌਕਰੀਆਂ ਕੀਤੀਆਂ ਖਤਮ ਹੋ ਗਿਆ ਦੇਸ਼ ਦੀ ਵੰਡ ਹੋਈ ਉਦੋਂ ਤੱਕ ਤਾਂ ਇਹ ਬਹੁਤ ਫੇਮਸ ਸੀਗੇ ਉਸ ਤੋਂ ਬਾਅਦ ਬੜਾ ਕੁਝ ਚੇਂਜ ਹੋਇਆ ਆ ਪਾਸ਼ਾ ਵਿਭਾਗ ਦੇ ਵਿੱਚ ਨੌਕਰੀ ਕੀਤੀ ਪਰ ਉਹੀ ਗੱਲ ਇਹ ਵੀ ਜ਼ਿਆਦਾ ਦਿਰ ਨਹੀਂ ਕੀਤੀ ਕਿਉਂਕਿ ਇਹ ਐਧਾਂ ਦੇ ਪਰਸਨ ਸੀਗੇ ਜਿਹੜੇ ਕਿ ਨਾ ਤਾਂ ਲਾਈਕ ਕੁਝ ਗਲਤ ਬਰਦਾਸ਼ਤ ਕਰਦੇ ਸੀ ਤੇ ਨਾ ਹੀ ਕੁਝ ਗਲਤ ਕਰਦੇ ਸੀ ਸਮਝ ਰਹੇ ਹੋ ਤਾਂ ਇਸ ਕਰਕੇ ਇਹਨਾਂ ਨੇ ਉਹ ਵਾਲੀ ਜੌਬ ਵੀ ਛੱਡ ਦਿੱਤੀ ਹੁਣ ਉਸ ਤੋਂ ਬਾਅਦ ਇਹਨਾਂ ਕੋਲ ਪੈਸਾ ਫਿਰ ਨਹੀਂ ਹੈ ਕੀ ਕਰਨਗੇ ਪੰਜਾਬ ਸਰਕਾਰ ਨੇ 75 ਰੁਪਏ ਇਹਨਾਂ ਦੀ ਵਜੀਫਾ ਲਗਾਤਾ ਕਿ ਚਲੋ ਜੀ ਤੁਸੀਂ ਇਹਦੇ ਨਾਲ ਕੰਮ ਸਾਰੋ ਓਕੇ ਪਰ ਇੰਨਾ ਵੱਡੀ ਇਹਨਾਂ ਦੀ ਫੈਮਿਲੀ ਸੀਗੀ ਔਰ ਇੰਨੀ ਵੱਡੀ ਫੈਮਿਲੀ ਨੂੰ ਚਲਾਉਂਦੇ ਕਿਦਾਂ ਇਸੇ ਕਰਕੇ ਇਹਨਾਂ ਦੀ ਜਿਹੜੀਆਂ ਰਚਨਾਵਾਂ ਸੀ ਨਾ ਉਹਦੇ ਵਿੱਚ ਉਦੋਂ ਨਿਰਾਸ਼ਾ ਦਿਖਣ ਲੱਗੀ ਸੀ ਕਿ ਇਸ ਰਚਨਾ ਤੋਂ ਸਾਨੂੰ ਪਤਾ ਚੱਲ ਰਿਹਾ ਕਿ ਉਹ ਜ਼ਿੰਦਗੀ ਤੋਂ ਕਿੰਨੇ ਜ਼ਿਆਦਾ ਤੰਗ ਸੀ ਓਕੇ ਅੱਗੇ ਨੰਦ ਲਾਲ ਨੂਰਪੁਰੀ ਦੀ ਮੌਤ ਕਿਸ ਤਰ੍ਹਾਂ ਹੋਈ ਦਿਲ ਦਾ ਦੌਰਾ ਪੈਣ ਤੇ ਟੀਬੀ ਨਾਲ ਖੁਦਕੁਸ਼ੀ ਨਾਲ ਜਾਂ ਫਿਰ ਐਕਸੀਡੈਂਟ ਨਾਲ ਨਹੀਂ 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 ਫਾਂਸੀ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਬਿਸ਼ਨੋਈ ਜੀ ਨੋ ਜੀ ਛੇਵੇਂ ਦੇ ਲਈ ਸੀ ਵੈਰੀ ਗੁੱਡ ਨਹੀਂ ਕੰਨੀ ਨਹੀਂ ਚਾਹੀਦੀ ਸੁਸਾਈਸਾਈਡ ਕਦੀ ਵੀ ਕਿਸੇ ਵੀ ਚੀਜ਼ ਦੇ ਲਈ ਅੱਛੀ ਆਪਸ਼ਨ ਹੋ ਹੀ ਨਹੀਂ ਸਕਦੀ ਪਰਮਾਤਮਾ ਨੇ ਇੱਕ ਜ਼ਿੰਦਗੀ ਦਿੱਤੀ ਹੈ ਬੱਚਾ ਇੱਕ ਟੈਸਟ ਕਲੀਅਰ ਨਹੀਂ ਹੋਇਆ ਜ਼ਿੰਦਗੀ ਖਤਮ ਨਹੀਂ ਹੁੰਦੀ ਰਾਈਟ ਐਦਾਂ ਹੀ ਹਾਰ ਹਾਰ ਕੇ ਬਾਰ ਬਾਰ ਉਸ ਤੋਂ ਬਾਅਦ ਸਾਨੂੰ ਜਿੰਨਾ ਹੀ ਹੈ ਇਸ ਲਈ ਕਦੀ ਵੀ ਇਹ ਚੀਜ਼ਾਂ ਨਹੀਂ ਸੋchnੀ ਆਉਂਦੀਆਂ ਕਿ ਆਪਾਂ ਲਾਈਫ ਨੂੰ ਖਤਮ ਕਰ ਦਈਏ ਡੀਮੋਟੀਵੇਸ਼ਨ ਇਜ਼ ਨੋਟ ਗੁੱਡ ਐਟ 올 ਰਾਈਟ ਤਾਂ ਇਹਨਾਂ ਨੇ ਖੁਦਕੁਸ਼ੀ ਕੀਤੀ ਬਿਲਕੁਲ ਕਿੱਦਾਂ ਕੀਤੀ ਖੂ ਦੇ ਵਿੱਚ ਛਾਲ ਮਾਰ ਦਿੱਤੀ ਸੀ ਓਕੇ ਕਰੀਬਨ 60 ਸਾਲ ਦੀ ਏਜ ਦੇ ਵਿੱਚ ਇਹਨਾਂ ਨੇ ਖੁਦਕੁਸ਼ੀ ਕੀਤੀ 1968 ਦੇ ਵਿੱਚ ਬਿਲਕੁਲ ਠੀਕ ਹੈ ਕਿਉਂ ਕੀਤੀ ਸੀ ਉਹੀ ਸੇਮ ਫਾਈਨੈਂਸ਼ੀਅਲ ਪ੍ਰੋਬਲਮ ਸੀ ਤੇ ਉਹਦੇ ਤੋਂ ਤੰਗ ਆ ਕੇ ਤੇ ਹੋਰ ਇਹਨਾਂ ਨੂੰ ਕੁਝ ਸਮਝ ਨਹੀਂ ਆਇਆ ਤੇ ਇਹਨਾਂ ਨੇ ਆਪਣੀ ਲਾਈਕ ਲਾਈਫ ਹੀ ਖਤਮ ਕਰ ਦਿੱਤੀ ਓਕੇ ਸਤਵਾਂ ਹੈ ਨੰਦ ਲਾਲ ਨੂਰਪੁਰੀ ਦੀ ਸਮੁੱਚੀ ਰਚਨਾ ਕਿਸ ਸਿਰਲੇਖੇ ਖੇਟ ਕਿਤਾਬ ਦੇ ਰੂਪ ਵਿੱਚ ਸਾਹਮਣੇ ਆਈ 27 ਜ਼ਿੰਦਗੀ ਪੰਜਾਬ ਬੋਲਿਆ ਨੂਰਪੁਰੀ ਦਾ ਦਰਦ ਮੈਂ ਵਤਨ ਦਾ ਸ਼ਹੀਦ सत्तवें प्रश्न दे उत्तर करो जी हिम्मत हारनी भी नहीं है दैट इज द स्पिरिट एक्चुअली दी सत्तवें का बी जो कि बिल्कुल ठीक है ये होगी पंजाब बोलिया ठीक है ये की है इन्होंने समुची रचना हैगी है ओके ਹੁੰਜਤ ਉਹਨਾਂ ਦੀ ਡੈਥ ਹੋਈ ਸੀ ਨਾ ਉਸ ਡੈਥ ਤੋਂ ਵੀ ਕਈ ਸਾਲ ਬਾਅਦ ਉਹਨਾਂ ਦੀ ਇਹ ਵਾਲੀ ਕਿਤਾਬ ਜਿਹੜੀ ਹੈਗੀ ਆ ਆਈ ਸੀ ਓਕੇ ਅਗੇ ਨੰਦ ਲਾਲ ਨੂਰਪੁਰੀ ਦਾ ਗੀਤ ਮੈਂ ਵਤਨ ਦਾ ਸ਼ਹੀਦ ਇਸ ਦਾ ਤੁਸੀਂ ਸਾਲ ਦੱਸਣਾ ਹੈ 1925 1920 1918 ਜਾਂ ਫਿਰ 1915 ਪ੍ਰਸ਼ਨ ਨੰਬਰ 8 ਦੇ ਲਈ ਆਨਸਰ ਕਰੋ ਮੈਂ ਵਤਨ ਦਾ ਸ਼ਹੀਦ ਕਦੋਂ ਆਇਆ ਜੀ ਕਦੋਂ ਲਿਖਿਆ ਇਹਨਾਂ ਨੇ ਐਨਾ ਹਿੰਟ ਦੇ ਦੇਨੀ ਆ ਕਿ ਇਹ ਇਹਨਾਂ ਦਾ ਸਭ ਤੋਂ ਪਹਿਲਾ ਗੀਤ ਸੀਗਾ ਅੱਜ ਸੈਸ਼ਨ ਸ਼ੇਅਰ ਨਹੀਂ ਕੀਤਾ ਲਾਈਵ ਬਹੁਤ ਘਟ ਜਣੇ ਆ 8ਵਿੰਨ ਦੀ ਲਈ ਆਨਸਰ ਆ ਰਿਹਾ اے ਵੈਰੀ ਵੈਰੀ ਗੁੱਡ ਬਿਲਕੁਲ ਠੀਕ ਹੈ 1925 ਓਕੇ ਔਰ ਇਹ ਹੈਗਾ ਇਹਨਾਂ ਦਾ ਸਭ ਤੋਂ ਪਹਿਲਾ ਗੀਤ ਨਾਮ ਤੋਂ ਹੀ ਪਤਾ ਚੱਲ ਰਿਹਾ ਹੈ ਇਹਦੇ ਵਿੱਚ ਕੀ ਹੋਊਗਾ ਜੀ ਦੇਸ਼ ਭਗਤੀ ਦੀ ਭਾਵਨਾ ਨੈਸ਼ਨਲਿਜ਼ਮ ਦੀ ਭਾਵਨਾ ਓਕੇ ਕਿਸ ਯੂਨੀਵਰਸਿਟੀ ਨੇ ਨੰਦ ਲਾਲ ਨੂਰਪੁਰੀ ਦੀ ਸਮੁੱਚੀ ਰਚਨਾ ਨੂੰ 1969 ਵਿੱਚ ਛਾਪਿਆ ਪੰਜਾਬ ਪੰਜਾਬੀ ਗੁਰੂ ਨਾਨਕ ਦੇਵ ਖੇਤੀਬਾੜੀ ਆਨਸਰ ਕਰੋ ਜੀ ਪ੍ਰਸ਼ਨ ਨੰਬਰ 9 ਦੇ ਲਈ ਹਾਂਜੀ ਜੀ 931 ਹਰ ਲਈ ਬਟ ਸਟਿਲ ਹਾਂਜੀ ਕੀ ਆਨਸਰ ਹੋਏਗਾ ਕੁਐਸਚਨ ਨੰਬਰ 9 ਸ਼ਾਬਾਸ਼ ਸਿਰਫ ਇਹ ਅੱਧਾ ਘੰਟਾ ਤੁਸੀਂ ਆਪਣੀ ਜ਼ਿੰਦਗੀ ਦਾ ਮੈਨੂੰ ਦੇ ਦਿਓ ਮੈਂ ਤੁਹਾਨੂੰ ਪ੍ਰੋਮਿਸ ਕਰਦੀ ਆ ਕਿ ਜੌਬ ਮਿਲੇਗੀ ਦਿਲ ਤੋਂ ਦੇਣਾ ਟਾਈਮ ਪਾਸ ਕਰਕੇ ਨਹੀਂ 9ਵੇਂ ਦੇ ਲਈ ਆਨਸਰ B اور C ਦੋ ਆ ਰਿਹਾ ਜਿਨ੍ਹਾਂ ਨੇ ਇਸ ਵਾਰੀ ਆਨਸਰ B ਕੀਤਾ ਹੁਣ ਇਸ ਵਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਹੀਂ ਹੈ ਇਹ ਹੋਏਗੀ ਪੰਜਾਬੀ ਯੂਨੀਵਰਸਿਟੀ ਵੈਸੇ ਵੀ ਜਦੋਂ ਤੁਸੀਂ ਸਾਹਿਤਕਾਰਾਂ ਦੀਆਂ ਰਚਨਾਵਾਂ ਬਾਰੇ ਕਿਤਾਬਾਂ ਦੀ ਗੱਲ ਕਰੋਗੇ ਤਾਂ ਜ਼ਿਆਦਾਤਰ ਤੁਹਾਡਾ ਆਨਸਰ ਜਾਂ ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੁੰਦਾ ਆ ਜਾਂ ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੁੰਦਾ ਤਾਂ ਇਸ ਲਈ ਬਾਕੀ ਦੋ ਤਾਂ ਤੁਸੀਂ ਬਿਲਕੁਲ ਬਾਹਰ ਹੀ ਕੱਢ ਦਿਆ ਕਰੋ ਕਿ ਇਹਨਾਂ ਦੇ ਆਪਸ਼ਨਸ ਦੇ ਵਿੱਚੋਂ ਇਹ ਤਾਂ ਦੋ ਹੋ ਹੀ ਨਹੀਂ ਸਕਦੇ ਠੀਕ ਹੈ ਤਾਂ ਇਹਨਾਂ ਦੋਨਾਂ ਦੇ ਵਿੱਚੋਂ ਹੀ 50 50 ਦੇ ਜਦੋਂ ਚਾਂਸੇਸ ਹੋ ਜਾਂਦੇ ਆ ਨਾ ਉਦੋਂ ਤਾਂ ਕੇਬੀਸੀ ਦੇ ਵਿੱਚ ਵੀ ਕਈ ਵਾਰੀ ਤੁੱਕਾ ਲੱਗ ਜਾਂਦਾ ਓਕੇ ਤਾਂ ਇਸ ਲਈ ਪੇਪਰ ਦੇ ਵਿੱਚ ਤੁਸੀਂ ਐਦਾ ਐਲੀਮੀਨੇਸ਼ਨ ਮੈਥਡ ਵੀ ਜ਼ਰੂਰ ਲੈ ਕੇ ਆਣਾ ਆ ਓਕੇ ਤਾਂ ਇਹ ਕਿਹੜੀ ਯੂਨੀਵਰਸਿਟੀ ਹੈ ਇਹ ਹੈਗੀ ਹੈ ਪੰਜਾਬੀ ਯੂਨੀਵਰਸਿਟੀ ਓਕੇ ਅੱਗੇ ਚੱਲਦੇ ਆ ਜੀ ਅਹ ਸਾਗਰ ਜੀ ਕਿੰਨੇ ਮਾਰਕਸ ਆ ਬੱਚਾ 10ਵਾਂ ਲੈ ਗਿਆ ਕਿਸ ਕਾਲ ਨੂੰ ਨੂਰਪੁਰੀ ਦੀ ਗੀਤਕਾਰੀ ਦਾ ਸੁਨੈਰੀ ਕਾਲ ਕਿਹਾ ਜਾਂਦਾ ਹੈ पढ़ो फटाफट चाली तो सठ चाली तो सठ छत्ती तो चाली पैंती तो इकताली दसवें प्रश्न सुनहरी का दसवें दे, काल दे आंसर हम्म दसवें ले आंसर आ रहा है ए यानी कि उन्नीस सौ छियाली तो लैके और उन्नीस सौ साठ का टाइम बिलकुल सही उत्तर है ਤਾਨੂੰ ਇਹ ਵੀ ਪਤਾ ਹੋਣਾ ਹੈ ਕਿ ਜਿਹੜੀਆਂ ਨੂਰਪੁਰੀ ਦੇ ਕਵਿਤਾਵਾਂ ਹੁੰਦੀਆਂ ਸੀ ਉਹਨਾਂ ਨੂੰ ਫੁਲਵਾੜੀ ਪత్రిక ਦੇ ਵਿੱਚ ਛਾਪਿਆ ਜਾਂਦਾ ਸੀ ਫੁਲਵਾੜੀ ਪత్రిక ਕਿੰਨਾ ਦੀ ਸੀ ਮੈਨੂੰ ਫਟਾਫਟ ਕਮੈਂਟ ਸੈਕਸ਼ਨ ਦੇ ਵਿੱਚ ਆਨਸਰ ਕਰਨਾ ਹੈ ਓਕੇ ਫੁਲਵਾੜੀ ਪత్రిక ਨਾਲ ਕਿਹਨਾ ਦਾ ਸਬੰਧ ਸੀ 올 ਰਾਈਟ ਅੱਗੇ ਚੱਲਦੇ ਹਾਂ 11ਵਾਂ ਪ੍ਰਸ਼ਨ ਨੰਦ ਲਾਲ ਨੂਰਪੁਰੀ ਦਾ ਪਹਿਲਾ ਕਾਵ ਸੰਗ੍ਰਹਿ ਕਿਸ ਭਾਸ਼ਾ ਵਿੱਚ ਛਪਿਆ ਬ੍ਰਜ ਹਿੰਦੀ ਉਰਦੂ ਪੰਜਾਬੀ ਬ੍ਰਜ ਠੀਕ ਹੈ ਜੀ 11ਵਾਂ ਦਾ ਆਨਸਰ ਪਹਿਲਾ ਕਾਵ ਸੰਗ੍ਰਹਿ ਇਸ ਪਾਸ਼ਾ ਦੇ ਵਿੱਚ ਛਪਿਆ ਸ਼ਾਬਾਸ਼ ਵੈਰੀ ਵੈਰੀ ਗੁੱਡ ਵੈਰੀ ਗੁੱਡ ਹੀਰਾ ਸਿੰਘ ਦਰਦ ਸ਼ਾਬਾਸ਼ ਬਿਲਕੁਲ ਸਹੀ ਉੱਤਰ ਉਹ ਛਾਪਦੇ ਹੁੰਦੇ ਸੀ ਫਲਵਾੜੀ ਚ ਠੀਕ ਹੈ ਹਾਂ ਐਦਾਂ ਹੀ ਅਟੈਂਟਿਵ ਰਿਹਾ ਕਰੋ ਕਿ ਕੁਐਸਚਨ ਪੁੱਛਿਆ ਨਹੀਂ ਤੇ ਆਨਸਰ ਸਾਹਮਣੇ ਹੋਏ ਫੇਰ ਆਂਦਾ ਮਜ਼ਾ 11 ਦੇ ਲਈ ਸੀ ਯਾਨੀ ਕਿ ਉਰਦੂ ਬਿਲਕੁਲ ਸਹੀ ਉੱਤਰ ਠੀਕ ਹੈ ਹੁਣ ਐ ਕਰੋ ਫਿਰ ਫਟਾਫਟ ਮੈਨੂੰ ਇਹ ਵੀ ਦੱਸ ਦੋ ਕਿ ਇਹਨਾਂ ਦਾ ਇਹ ਪਹਿਲਾ ਕਾਫ ਸੰਗ੍ਰੇਸੀ ਹੈ ਨਾ ਜਿਹੜਾ ਉਰਦੂ ਭਾਸ਼ਾ 'ਚ ਛਪਿਆ ਉਸ ਕਾਫ ਸੰਗ੍ਰਹਿ ਦਾ ਨਾਮ ਕੀ ਹੈ ਅਗਰ ਤੁਹਾਡੇ 'ਚੋਂ ਕਿਸੇ ਨੇ ਨੰਦ ਲਾਲ ਨੂਰਪੁਰੀ ਪਹਿਲਾਂ ਪੜ੍ਹੇ ਹੋਏ ਹੈ ਤਾਂ ਉਹਨਾਂ ਨੂੰ ਡੈਫੀਨਿਟਲੀ ਇਸ ਦਾ ਆਨਸਰ ਆਂਦਾ ਹੋਊਗਾ ਸਾਗਰ ਜੀ ਹੋ ਜਾਣੀ ਆ 138 bc ਕੈਟਾਗਰੀ ਹੈ ਨਾ ਡੋਨਟ ਵਰੀ ਡੋਨਟ ਵਰੀ ਹੋ ਜਾਣਾ ਠੀਕ ਹੈ ਡੋਨਟ ਵਰੀ ਅਬਾਊਟ ਥੈਟ ਹੁਣ ਇਸ ਬਾਰੇ ਬਿਲਕੁਲ ਨਾ ਸੋਚੋ ਚਲੋ ਆਨਸਰ ਕਰੋ ਫਟਾਫਟ ਜੀ ਵੈਰੀ ਗੁੱਡ ਹਾਂ ਬਿਲਕੁਲ ਬਿਲਕੁਲ ਨੂਰਪੁਰਿਆ ਠੀਕ ਹੈ ਔਰ ਇਹ ਇਹਨਾਂ ਦਾ ਪਹਿਲਾ ਕਾਵ ਸੰਗ੍ਰਹਿ ਅਗੇ 12ਵਾਂ ਹੇਠਾਂ ਵਿੱਚੋਂ ਕਿਹੜੀ ਰਚਨਾ ਵਿੱਚ ਆਨੰਦ ਲਾਲ ਨੂਰਪੁਰੀ ਨੇ ਸਵਾਗ ਦਾ ਪ੍ਰਗਟਾਵਾ ਕੀਤਾ ਹੈ ਵੰਗਾ ਜੋंदा ਪੰਜਾਬ ਸੁਗਾਤ ਚੰਗਿਆੜੇ ਆਨਸਰ ਕਰੋ ਪ੍ਰਸ਼ਨ ਨੰਬਰ 12 ਦੇ ਲਈ ਵੈਰੀ ਗੁੱਡ ਬਿਲਕੁਲ ਸਹੀ ਉੱਤਰ ਹੈ ਸਾਰਿਆਂ ਦਾ ਨੂਰਪੁਰਿਆ ਬਿਲਕੁਲ ਚਲੋ 12ਵਾਂ ਦਾ ਆਨਸਰ ਕਰੋ ਸਵਾਦਾ ਪ੍ਰਕਟਾਵਾ ਇਹਨਾਂ ਦੇ ਵਿੱਚੋਂ ਕਿਹੜੀ ਰਚਨਾ ਦੇ ਵਿੱਚ ਮਿਲਦਾ ਹੈ ਵੈਰੀ ਗੁੱਡ 12 ਦਾ ਏ ਆਨਸਰ ਆ ਰਿਹਾ ਵੰਗਾ ਬਿਲਕੁਲ ਸਹੀ ਉੱਤਰ ਹੈ ਇਹਦੇ ਜਿੱਤਾ ਹੋ ਗਿਆ ਸਵਾਦਾ ਪ੍ਰਕਟਾਵਾ ਜੋਂਦਾ ਪੰਜਾਬ ਨਾਮ ਤੋਂ ਹੀ ਪਤਾ ਚੱਲਦਾ ਪਿਆ ਹੈ ਕਿ ਇਹ ਪੰਜਾਬ ਨਾਲ ਰਿਲੇਟ ਕਰਦਾ ਹੋਏਗਾ ਠੀਕ ਹੈ ਤਾਂ ਇਹਦੇ ਵਿੱਚ ਉਹਨਾਂ ਨੇ ਪੰਜਾਬ ਦੇ ਹਾਲਾਤਾਂ ਨੂੰ ਬਿਆਨ ਕੀਤਾ ਹੈ ਜੋਂਦਾ ਪੰਜਾਬ ਦੇ ਵਿੱਚ ਓਕੇ ਜਿੱਥੇ ਗੱਲ ਕਰਦੇ ਆਂ ਸੁਗਾਤ ਦੀ ਤਾਂ ਉਹਦੇ ਬਾਰੇ ਇੰਪੋਰਟੈਂਟ ਫੈਕਟ ਕੀ ਹੈ ਕਿ ਇਹ ਭਾਸ਼ਾ ਵਿਭਾਗ ਵੱਲੋਂ ਸੁਗਾਤ ਦੇ ਲਈ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ 13ਵਾਂ ਪ੍ਰਸ਼ਨ ਹੈ ਨੰਦ ਲਾਲ ਨੂਰਪੂਰੀ ਦੀਆਂ ਸਮੁੱਚੀਆਂ ਕਵਿਤਾਵਾਂ ਦਾ ਸੰਗ੍ਰਹਿ ਦੱਸਣਾ ਸੁਗਾਤ ਆਖਰੀ ਸੁਗਾਤ ਪੰਜਾਬ ਬੋਲਿਆ ਜਿਉਂਦਾ ਪੰਜਾਬ ਪ੍ਰਸ਼ਨ ਨੰਬਰ 13 ਸਮੁੱਚੀਆਂ ਕਵਿਤਾਵਾਂ ਦਾ ਸੰਗ੍ਰਹਿ ਆਨਸਰ ਕਰੋ ਜੀ ਤੇ ਇਹਨਾਂ ਦਾ ਆਨਸਰ ਆ ਰਿਹਾ ਹੈ ਬੀ ਯਾਨੀ ਕਿ ਆਖਰੀ ਸੁਗਾਤ ਸੀ ਵੀ ਆਇਆ ਪੰਜਾਬ ਬੋਲਿਆ ਚਲੋ ਦੇਖਦੇ ਹਾਂ ਤਾਂ ਇਸ ਦਾ ਉੱਤਰ ਹੋਏਗਾ ਆਖਰੀ ਸੁਗਾਤ ਇਹ ਤੁਹਾਡੇ ਕੋਲ ਪੁੱਛਿਆ ਸਮੁੱਚੀਆਂ ਕਵਿਤਾਵਾਂ ਦਾ ਦੇਖੋ ਮੇਰੀ ਗੱਲ ਸੁਣੋ ਜਿਹੜੀ ਤਾਂ ਸੁਗਾਤ ਹੈ ਮੈਂ ਤੁਹਾਨੂੰ ਦੱਸਤਾ ਭਾਸ਼ਾ ਵਿਭਾਗ ਨੇ ਸਨਮਾਨਿਤ ਕੀਤਾ ਉਹ ਤਾਂ ਸੀਗਾ ਇਹਨਾਂ ਦਾ ਆਖਰੀ ਕਾਵ ਸੰਗ੍ਰਹਿ ਠੀਕ ਹੈ ਤੇ ਜਦੋਂ ਅਸੀਂ ਗੱਲ ਕਰਦੇ ਆ ਆਖਰੀ ਸੁਗਾਤ ਦੀ 1972 ਦੇ ਵਿੱਚ ਇਹਨਾਂ ਦਾ ਸਾਲ ਰਹੇਗਾ ਇਹ ਸਮੁੱਚੀਆਂ ਕਵਿਤਾਵਾਂ ਦਾ ਸੰਗ੍ਰਹਿ ਹੈਗਾ ਓਕੇ ਤੇ ਪੰਜਾਬ ਬੋਲਿਆ ਇਹ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ ਕਿ ਜਦੋਂ ਇਹਨਾਂ ਦੀ ਡੈਥ ਹੋਈ ਸੀ ਉਸ ਤੋਂ ਬਾਅਦ ਇਹਨਾਂ ਦੀਆਂ ਚੌਣਵੀਂ ਕਵਿਤਾਵਾਂ ਦਾ ਸੰਗ੍ਰਹਿ ਬਣਾਇਆ ਗਿਆ ਸੀ ਪੰਜਾਬ ਬੋਲਿਆ ਦੇ ਨਾਮ ਦੇ ਉੱਪਰ ਓਕੇ ਅੱਗੇ ਨੰਦ ਲਾਲ ਨੂਰਪੁਰੀ ਅਨੁਸਾਰ ਡੈਸ਼ ਲਿਖਣਾ ਡੈਸ਼ ਲਿਖਣ ਨਾਲੋਂ ਓਖਾ ਹੈ ਕਵਿਤਾ ਲਿਖਣਾ ਗੀਤ ਨਾਲੋਂ ਓਖਾ ਗੀਤ ਲਿਖਣਾ ਕਵਿਤਾ ਨਾਲੋਂ ਓਖਾ ਕਵਿਤਾ ਲਿਖਣਾ ਕਹਾਣੀ ਨਾਲੋਂ ਓਖਾ ਜਾਂ ਗੀਤ ਲਿਖਣਾ ਕਹਾਣੀ ਨਾਲੋਂ ਓਖਾ ਪ੍ਰਸ਼ਨ ਨੰਬਰ 14 ਆਨਸਰ ਕਰੋ ਜੀ ਫਟਾਫਟ ਕੀ ਲਿਖਣਾ ਕੀ ਲਿਖਣ ਨਾਲੋਂ ਔਖਾ ਹੈ ਜੀ ਬੀ ਆਨਸਰ ਆ ਰਿਹਾ ਹੈ ਬਿਲਕੁਲ ਸਹੀ ਇਹ ਕਹਿੰਦੇ ਸੀਗੇ ਕਿ ਗੀਤ ਲਿਖਣਾ ਨਾ ਕਵਿਤਾ ਲਿਖਣ ਨਾਲੋਂ ਔਖਾ ਹੁੰਦਾ ਹੈ ਕਵਿਤਾ ਫਿਰ ਵੀ ਸੌਖੀ ਲਿਖੀ ਜਾਂਦੀ ਹੈ ਠੀਕ ਹੈ ਤੇ ਨਾਲ ਇਹ ਵੀ ਕਹਿੰਦੇ ਹੁੰਦੇ ਸੀਗੇ ਇਹ ਕਹਿੰਦੇ ਜਿਹੜੇ ਦੇਸ਼ ਦੇ ਗੀਤ ਜਿਉਂਦੇ ਹੁੰਦੇ ਆ ਉਹ ਦੇਸ਼ ਜਿਉਂਦਾ ਰਹਿੰਦਾ ਆ ਠੀਕ ਹੈ ਜੀ ਤਾਂ ਇਸ ਲਈ ਇਹ ਕੀ ਚਾਹਦੇ ਸੀਗੇ ਕਿ ਮੈਂ ਗੀਤਾ ਨਾਲ ਨਾ ਆਪਣੇ ਦੇਸ਼ ਦੀ ਖਿਦਮਤ ਕਰ ਸਕਾਂ ਓਕੇ ਤਾਂ ਇਹ ਕੀ ਇਹਨਾਂ ਨੇ ਬੋਲਿਆ ਆ ਨੰਦ ਲਾਲ ਨੂਰਪੁਰੀ ਨੇ ਇੰਪੋਰਟੈਂਟ ਰਹੇਗਾ ਯਾਦ ਰੱਖਣਾ ਅੱਗੇ ਹੈ ਜਉਂਦੇ ਭਗਵਾਨ ਕਵਿਤਾ ਵਿੱਚ ਨੰਦ ਲਾਲ ਨੂਰਪੁਰੀ ਨੇ ਕਿਸ ਨੂੰ ਸ਼ਰਧਾਂਜਲੀ ਦਿੱਤੀ ਭਗਤ ਸਿੰਘ ਜੀ ਨੂੰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਸਿਪਾਈਆਂ ਨੂੰ ਤੇ ਪੰਜਾਬੀਆਂ ਨੂੰ ਪ੍ਰਸ਼ਨ ਨੰਬਰ 15 ਆਨਸਰ ਕਰੋ ਜੀ ਸ਼ਾਬਾਸ਼ ਇੰਦੇ ਚਾਂਸਰ ਆ ਰਿਹਾ ਬੀ ਯਾਨੀ ਕਿ ਪਗਸਿੰਘ ਰਾਜਗੁਰੂ ਤੇ ਸੁਖਦੇਵ ਓਕੇ ਹੋਰ ਕੋਈ ਆਨਸਰ yes ਕੁਐਸਚਨ ਨੰਬਰ 15 ਸੀ ਆਨਸਰ ਆ ਰਿਹਾ ਆਜ਼ਾਦ ਜੀ ਦਾ ਬਿਲਕੁਲ ਬਿਲਕੁਲ ਜਿਨ੍ਹਾਂ ਨੇ ਆਨਸਰ ਸੀ ਕੀਤਾ ਨਾ ਯਾਨੀ ਕਿ ਸਿਪਾਹੀਆਂ ਨੂੰ ਉਹਨਾਂ ਦਾ ਆਨਸਰ ਬਿਲਕੁਲ ਠੀਕ ਹੈ ਓਕੇ ਆਪਸ਼ਨਸ ਇਦਾਂ ਹੀ ਦਿੱਤੀਆਂ ਗਿਆ ਸੀਗਾ ਕਿ ਜ਼ਿਆਦਾ ਨਾ ਸਾਨੂੰ ਲੱਗਦਾ ਹੀ ਹੈ ਕਿ ਇਹਦਾ ਆਨਸਰ ਬੀ ਹੋਏਗਾ ਅਗਰ ਅਸੀਂ ਕਦੀ ਕੁਐਸਚਨ ਨਹੀਂ ਪੜਿਆਤਾ ਤੈਨੂੰ ਤੁਸੀਂ ਯਾਦ ਰੱਖ ਲੈਣਾ ਐਂ ਦੇ ਵਿੱਚ ਅੰਨਾਂ ਨੇ ਸਿਪਾਹੀਆਂ ਨੂੰ ਸ਼ਰਧਾਂਜਲੀ ਦਿੱਤੀ ਹੈ ਜਿਉਂਦੇ ਭਗਵਾਨ ਕਿਹਾ ਉਹਨਾਂ ਨੇ ਸਿਪਾਹੀਆਂ ਨੂੰ ਓਕੇ ਅਗਿਆ ਪ੍ਰੀਤਮ ਦੀ ਭਾਲ ਰਚਨਾ ਵਿੱਚ ਨੰਦ ਲਾਲ ਨੂਰਪੁਰੀ ਨੇ ਪ੍ਰੀਤਮ ਨੂੰ ਕਿਸ ਰੂਪ ਦੇ ਵਿੱਚ ਚਿੱਤਰਿਆ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕ੍ਰਿਸ਼ਨ ਭਗਵਾਨ ਜੀ ਕੁਦਰਤ ਦੇ ਹੋਰ ਵਰਤਾਰੇ ਜਾਂ ਫਿਰ ਇਹ ਸਾਰੇ ਕੀ ਆਨਸਰ ਹੋਏਗਾ ਜੀ ਕੁਐਸਚਨ ਨੰਬਰ 16 ਦੇ ਲਈ ਸਸ਼ੀਕਲ ਜੀ ਸਾਰਿਆਂ ਨੂੰ ਅਗੇਨ ਐਂਡ ਅਗੇਨ ਐਂਡ ਅਗੇਨ ਚਲੋ ਆਨਸਰ ਕਰੋ ਕੁਐਸਚਨ ਨੰਬਰ 16 ਇਹਦੇ ਲਈ ਤੁਹਾਡਾ ਆਨਸਰ ਆ ਰਿਹਾ ਹੈ ਡੀ ਐਂਡ ਬੀ ਦੋ ਆਨਸਰ ਆਂਦੇ ਪਿਆ ਚਲੋ ਫਟਾਫਟ ਦੇਖਦੇ ਹਾਂ ਫਿਰ ਇਹਦੇ ਵਿੱਚ ਆਨਸਰ ਸਹੀ ਕਿਹੜਾ ਹੈ ਜਿਨ੍ਹਾਂ ਨੇ ਆਨਸਰ ਕੀਤਾ ਡੀ ਯਾਨੀ ਕਿ ਸਾਰੇ ਬਿਲਕੁਲ ਠੀਕ ਹੈ ਯਾਨੀ ਦਾ ਮਤਲਬ ਇਹ ਹੋ ਗਿਆ ਕਿ ਇਹਨਾਂ ਨੇ ਪ੍ਰੀਤਮ ਨੂੰ ਤਿੰਨ ਰੂਪਾਂ ਦੇ ਵਿੱਚ ਦਿਖਾਇਆ ਆ ਪਹਿਲੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੂਸਰੇ ਕ੍ਰਿਸ਼ਨ ਭਗਵਾਨ ਜੀ ਤੇ ਤੀਸਰੇ ਕੁਦਰਤ ਦੇ ਹੋਰ ਵਰਤਾਰੇ ਓਕੇ ਯਾਦ ਰੱਖੋਗੇ ਅੱਗੇ ਚੱਲਦੇ ਆ ਪ੍ਰਸ਼ਨ ਨੰਬਰ 17 ਔਰ ਅੱਜ ਦਾ ਇਹ ਆਖਰੀ ਕੁਐਸਚਨ ਹੈ ਹੇਠਾਂ ਵਿੱਚੋਂ ਨੰਦ ਲਾਲ ਨੂਰਪੁਰੀ ਦੀ ਗਜ਼ਲ ਦੱਸਣੀ ਹੈ ਹੁਣ ਧਿਆਨ ਨਾਲ ਦੇਖਣਾ ਫਿਰ ਆਨਸਰ ਕਰਨਾ ਓਕੇ ਬਿਨਾ ਕਫਨ ਦੇ ਲੈ ਚੱਲੋ ਯਾਰ ਮੈਨੂੰ ਤੂੰ ਵਿਦਾ ਹੋਇਓ ਦਿਲ ਤੇ ਉਦਾਸੀ ਛਾ ਗਈ ਤੂੰ ਖੁਸ਼ ਰਿਹਾ ਕਰ ਖੂਬ ਨੇ ਇਹ ਝਾਂਜਰਾ ਪ੍ਰਸ਼ਨ ਨੰਬਰ 17 ਹਾਂਜੀ ਕੀ ਆਨਸਰ ਹੋਏਗਾ ਨੂਰਪੁਰੀ ਦੀ ਗਜ਼ਲ ਦੱਸੋ ਇਹਨਾਂ ਵਿੱਚੋਂ ਇਹ ਹੁਣ ਗਜ਼ਲ ਪੁੱਛੀ ਆ ਠੀਕ ਹੈ ਤਾਂ ਉਹ ਅਕੋਰਡਿੰਗ ਅਨਸਰ ਕਰਨਾ ਸਤਾਰਨ ਲਈ ਅਨਸਰ ਆ ਰਿਹਾ ਹੈ ਏ ਮਤਲਬ ਬਿਨਾ ਕਫਨ ਦੇ ਲੈ ਚੱਲੋ ਯਾਰ ਮੈਨੂੰ ਬਿਲਕੁਲ ਸਹੀ ਉੱਤਰ ਹੈ ਕੀ ਤੁਹਾਨੂੰ ਇਹ ਲੱਗਦਾ ਹੈ ਕਿ ਜਿਹੜੇ ਨੰਦ ਲਾਲ ਨੂਰਪੁਰੀ ਹੈ ਔਰ ਜਿਹੜੇ ਸ਼ਿਵ ਕੁਮਾਰ ਬਟਾਲਵੀ ਹੈ ਇਹਨਾਂ ਦੋਨਾਂ ਦੀਆਂ ਰਚਨਾਵਾਂ ਦੇ ਵਿੱਚ ਬਹੁਤ ਜ਼ਿਆਦਾ ਸਿਮਿਲੈਰਿਟੀ ਦਿਖਦੀ ਹੈ ਮੰਨਦੇ ਹੋ ਇਸ ਗੱਲ ਨੂੰ ਤੁਹਾਨੂੰ ਲੱਗਦੀ ਹੈ ਜੇ ਲੱਗਦੀ ਹੈ ਤਾਂ ਕਿਸ ਗੱਲੋਂ ਲੱਗਦੀ ਹੈ ਇਹ ਵੀ ਦੱਸ ਦਿਓ ਕਿਹੜੀ ਗੱਲਾਂ ਤੁਹਾਨੂੰ ਸਿਮਿਲੈਰਿਟੀ ਲੱਗਦੀ ਹੈ ਕਿ ਜਿਵੇਂ ਸ਼ਿਵਜੀ ਲਿਖਦੇ ਹੁੰਦੇ ਸੀ ਓਵੇਂ ਆਨੰਦਜੀ ਲਿਖਦੇ ਆ ਹਾਂ ਇਹ ਮਰਨ ਵਾਲੀਆਂ ਗੱਲਾਂ ਜ਼ਿਆਦਾ ਕਰਦੇ ਆ ਹਨਾ ਜ਼ਿੰਦਗੀ ਨੂੰ ਚੰਗਾ ਨਹੀਂ ਸਮਝਦੇ ਦੋਨੋਂ ਹੀ ਦੋਨੋਂ ਹੀ ਬਟ ਹਾਂ ਜਦੋਂ ਤੁਸੀਂ ਗੱਲ ਕਰਦੇ ਹੋ ਸ਼ਿਵ ਕੁਮਾਰ ਜੀ ਦੀ ਤਾਂ ਮੈਂ ਤੁਹਾਨੂੰ ਉਸ ਦਿਨ ਉਹ ਤੇ ਦੋ ਲਾਈਨਾਂ ਦੱਸਿਆ ਸੀ ਜਦੋਂ ਉਹਨਾਂ ਨੇ ਬੋਲਿਆ ਸੀਗਾ ਕਿ ਮੈਂ ਮਰਨ ਨੂੰ ਮੇਰਾ ਦਿਲ ਤਾਂ ਕਰਦਾ ਹੈ ਪਰ ਮੈਂ ਨਾ ਜੇਰਾ ਕਿੱਥੋਂ ਲੈ ਕੇ ਆਵਾਂ ਕਿਉਂਕਿ ਤੁਹਾਨੂੰ ਪਤਾ ਹੈ ਕਿ ਸੁਇਸਾਈਡ ਕਰਨ ਦੇ ਲਈ ਬਹੁਤ ਜ਼ਿਆਦਾ ਹਿੰਮਤ ਚਾਹੀਦੀ ਹੈ ਇਟ ਇਜ਼ ਨੋਟ दैट इजी ਟਾਸਕ ਰਾਈਟ ਤੇ ਉੱਥੇ ਹੀ ਉਹ ਕਹਿੰਦੇ ਸੀਗੇ ਕਿ ਮੈਂ ਖੁਦਕੁਸ਼ੀ ਨਹੀਂ ਕਰੂੰਗਾ ਓਕੇ ਤੇ ਜਦੋਂ ਅਸੀਂ ਆਨੰਦ ਲਾਲ ਨੂਰਪੁਰੀ ਜੀ ਨੂੰ ਦੇਖਦੇ ਆ ਤਾਂ ਇਹਨਾਂ ਨੇ ਤਾਂ ਖੁਦਕੁਸ਼ੀ ਕਰ ਵੀ ਲਈ ਓਕੇ ਰਾਈਟ ਹਾਂ ਨੀਤੂ ਜੀ ਤੁਹਾਡੇ ਉੱਥੇ ਮੈਨੂੰ ਲੱਗਦਾ ਨੈਟਵਰਕ ਦਾ ਇਸ਼ੂ ਰਹਿੰਦਾ ਆ ਰਾਈਟ ਤਾਂ ਇਹ ਦੋਨੋਂ ਜਣੇ ਹੀ ਕੀ ਕਰਦੇ ਸੀਗੇ ਕਿ ਬਹੁਤ ਜ਼ਿਆਦਾ ਮਰਨ ਦੀਆਂ ਗੱਲਾਂ ਕਰਦੇ ਸੀ ਜ਼ਿੰਦਗੀ ਤੋਂ ਸਤਾਏ ਹੋਏ ਹੀ ਸੀਗੇ ਦੋਨੋਂ ਪਰਸਨ ਓਕੇ ਹਾਂ ਬਿਲਕੁਲ ਬਿਲਕੁਲ ਉਹ ਮਰਨਾ ਚਾਹੁੰਦੇ ਸੀਗੇ ਬਟ ਸੁਇਸਾਈਡ ਨਹੀਂ ਕਰਨਾ ਚਾਹੁੰਦੇ ਸੀ ਓਕੇ ਬਿਲਕੁਲ ਸ਼ਾਬਾਸ਼ ਐਬਸੋਲੂਟਲੀ ਰਾਈਟ ਚਲੋ ਇੱਥੇ ਅਸੀਂ ਅੱਜ ਦੀ ਕਲਾਸ ਕਰ ਦਿੱਤੀ ਆ ਓਵਰ ਕੱਲ ਹੁਣ ਬੱਚਾ ਸੰਡੇ ਐ ਧਿਆਨ ਰੱਖਿਓ ਸੰਡੇ ਵਾਲੇ ਦਿਨ ਕਲਾਸ ਨਹੀਂ ਹੁੰਦੀ ਠੀਕ ਹੈ ਜੀ ਸੰਡੇ ਵਾਲੇ ਦਿਨ ਕਲਾਸ ਨਹੀਂ ਹੁੰਦੀ ਤੇ ਮੈਂ ਕੁਝ ਸੋਚ ਰਹੀ ਆ ਮਤਲਬ ਕੁਝ ਪਲਾਨ ਕਰ ਰਹੀ ਆ ਅਗਰ ਹੋ ਪਾਇਆ ਤਾਂ ਜਿਹੜੇ ਈਟੀਟੀ ਵਾਲੇ ਬੱਚੇ ਆ ਉਹਨਾਂ ਦੇ ਲਈ ਮੈਂ ਕੁਝ ਮੈਰਾਥਨ ਪਲਾਨ ਕਰ ਰਹੀ ਆ ਅਗਰ ਹੋ ਪਾਈ ਤਾਂ ਮੈਂ ਡੈਫੀਨਿਟਲੀ ਕਰੂੰਗੀ ਨੋਟ ਸ਼ੂਰ ਅਬਾਊਟ ਥੈਟ ਬਟ ਆਈਲ ਟ੍ਰਾਈ ਓਕੇ ਠੀਕ ਹੈ ਜੀ ਤੇ ਇੱਕ ਕੁਝ ਹਰਪ੍ਰੀਤ ਮੈਮ ਹੈਗੇ ਨੇ ਸ਼ਾਇਦ ਜਿਹੜੇ ਆਲਮੋਸਟ ਆਈ ਥਿੰਕ ਉਹਨਾਂ ਦੇ ਕਾਫੀ ਮੈਸੇਜ ਆਉਂਦੇ ਆ ਕਿ ਪੀਟੀਡ ਦੀ ਤਿਆਰੀ ਕਰਵਾ ਦਿਓ ਮਤਲਬ ਮੈਂ ਕੋਈ ਨਾ ਕੋਈ ਮੈਰਾਥਨ ਲੈਣ ਦੀ ਕੋਸ਼ਿਸ਼ ਕਰ ਲੈਣੀ ਆ ਅਗਰ ਹੋ ਪਾਇਆ ਤਾਂ ਡੈਫੀਨਿਟਲੀ ਆਈਲ ਡੂ ਦੈਟ ਓਕੇ ਮੈਨੂੰ ਨਹੀਂ ਪਤਾ ਜੋ ਕਲਾਸ ਵਿੱਚ ਹੈਗੇ ਰਹੇ ਜਾਂ ਨਹੀਂ ਹੈਗੇ ਬਟ ਕਾਫੀ ਵਾਰ ਉਹਨਾਂ ਦੇ ਮੈਸੇजेस ਆਏ ਆ ਓਕੇ ਥੈਂਕ ਯੂ ਸੋ ਮੱਚ ਹੈਵ ਅ ਗੁੱਡ ਡੇ ਬਾਏ ਬਾਏ ਟੇਕ ਕੇਅਰ ਪਰਸੋਂ ਦਾ ਟੌਪਿਕ ਜਸਟ ਅ ਮਿੰਟ ਮੈਂ ਹੁਣੇ ਦੱਸਦੀ ਆ ਇੱਕ ਸੈਕਿੰਡ ਰੁਕੋ ਪਲੀਜ਼ अगर वैसे किसी होर पता हो दस देना राइट अदरवाइज मैं दस रही हूँ परसों का टॉपिक रहेगा हीरा सिंह दर्द ठीक है जी हाँ परसों का टॉपिक है हीरा सिंह दर्द ओके हाँ जी बिश्नोई जी मैं पूरी ट्राई कर दी अगर मैं होप कर पाई तो ओके ओ राइट थैंक यू बाय बाय टेक केयर